ਸਤਿ ਸ਼੍ਰੀ ਅਕਾਲ ਦੋਸਤੋ, ਹੋਰ ਕਿਵੇਂ ਹੋ? ਵੈਲਕਮ ਕਰਦੇ ਹਾਂ ਤੁਹਾਡਾ ਜਸਰੀ ਨਾ ਚੈਨਲ ਦੇ ਉੱਤੇ। ਅਤੇ ਆਸ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅਤੇ ਅੱਜ ਬਣਾ ਰਹੇ ਹਾਂ ਜੀ ਤੂੜੀ, ਠੀਕ ਆ। ਤੂੜੀ ਕਾਹਦੀ ਬਣਾਉਣੀ ਆ? ਅੱਜ ਤਾਂ ਲਾਟਰੀ ਨਿਕਲਿਆ ਜੀ ਆਪਣੀ, ਸੀਗਾ 3 ਦਿਨ ਪਹਿਲਾਂ ਆਪਾਂ 4 ਦਿਨ ਪਹਿਲਾਂ ਕਣਕ ਵੱਢੀ ਸੀਗੀ, ਠੀਕ ਆ। ਅਤੇ ਹੁਣ ਤੂੜੀ ਬਣਾਉਣ ਆਏ ਹਾਂ। ਤੂੜੀ ਬਣਾਉਣ ਵਾਸਤੇ ਖੇਤ ਆਏ, ਜਦੋਂ ਮੋਟਰ ਦਾ ਦਰਵਾਜ਼ਾ ਜਿੰਦਾ ਟੁੱਟਿਆ ਹੋਇਆ ਸੀਗਾ, ਜਦੋਂ ਅੰਦਰ ਗਏ ਅਤੇ ਤੁਹਾਨੂੰ ਤੁਸੀਂ ਆਪ ਹੀ ਦੇਖ ਲਓ ਵੀ ਕੀ ਹੋਇਆ। ਅੱਜ ਆਹ ਦੇਖ ਲਓ, ਜਦੋਂ ਦਰਵਾਜ਼ਾ ਮੈਂ ਜਿੰਦਾ ਟੁੱਟਿਆ ਦੇਖਿਆ, ਜਦੋਂ ਮੈਂ ਅੰਦਰ ਐਂਟਰ ਹੋਇਆ, ਇੱਥੇ ਆਪਣਾ ਸਟਾਟਰ ਲੱਗਾ ਹੋਇਆ ਸੀਗਾ ਬੋਪਾ ਰਾਏ ਦਾ, ਠੀਕ ਹੈ ਜੀ। ਅਤੇ ਪਹਿਲਾਂ ਤਾਂ ਚੋਰ ਕੇਬਲਾਂ ਵੱਢਦੇ ਆ, ਹੈ ਨਾ, ਉਹ ਵੀ ਜਾਂ ਟੋਟਾ ਬੰਦਾ ਪਾ ਲੈਂਦਾ, ਪਰ ਆਹਦਾ ਪਤੰਦਰਾਂ ਨੇ ਸਿਰਾ ਹੀ ਕਰਤਾ, ਨਾਟ ਨੂਟ ਖੋਲ੍ਹ ਕੇ। ਬੋਪਾ ਰਾਏ ਦਾ ਬਹੁਤ ਵੱਡਾ ਸਟਾਟਰ ਸੀਗਾ, ਠੀਕ ਆ, ਅਤੇ ਬਿਲਕੁਲ ਨਵਾਂ ਸੀਗਾ, ਅਤੇ ਉਹ ਸਾਰੇ ਪੱਟ ਕੇ ਲੈ ਗਏ ਆ। ਪੁੱਛੋ ਨਾ ਯਾਰ, ਇੰਨਾ ਕੁ ਗੁੱਸਾ ਆ ਰਿਹਾ ਹੈ ਨਾ ਕਿ ਸਰਿਆ ਪਿਆ ਦੁਨੀਆ ਦਾ, ਕੀ ਕੀਤਾ ਜਾਵੇ, ਕਿੱਧਰੋਂ ਕਿੱਧਰੋਂ ਨਿਗਾਹ ਰੱਖੀ ਜਾਵੇ, ਹੈ ਨਾ, ਅਤੇ ਕਿੱਥੋਂ ਕਿੱਥੋਂ ਆਪਾਂ ਜ਼ਿਮੀਂਦਾਰ ਕਿੱਧਰੋਂ ਕਿੱਧਰੋਂ ਬਚੇ, ਹੈ ਨਾ। ਪਹਿਲਾਂ ਤਾਂ ਕੁਦਰਤੀ ਕਰੋਪੀ ਝਾੜ ਸਾਰਿਆਂ ਨੂੰ ਘੱਟ ਗਏ, ਹੈ ਨਾ, ਕਣਕਾਂ ਉੱਤੇ ਮੀਂਹ ਪੈ ਗਿਆ ਸੀਗਾ, ਅਤੇ ਹੁਣ ਪਤਾ ਸਾਰੇ ਉਹਨਾਂ ਨੂੰ, ਚੋਰਾਂ ਨੂੰ ਵੀ ਇਹ ਆ ਕਿ ਹੁਣ ਕਿਹੜਾ ਖੇਤ ਕਿਸੇ ਨੇ ਆਉਣਾ ਅਤੇ ਜਿੰਦਾ ਭੰਨ ਕੇ ਨਵਾਂ ਸਟਾਰਟਰ ਇੱਥੋਂ ਲਾ ਕੇ ਰਫੂ ਚੱਕਰ ਹੋ ਗਏ, ਠੀਕ ਆ। ਅਤੇ ਲਾਟਰੀ ਨਵੀਂ ਨਿਕਲਿਆ ਹੀ ਆ ਇੱਕ ਹੋਰ, ਠੀਕ ਆ। ਅਤੇ ਚਲੋ, ਜੋ ਕੁਦਰਤ ਨੂੰ ਮਨਜ਼ੂਰ, ਕੀ ਕਰ ਸਕਦੇ ਆਪਾਂ, ਹੈ ਨਾ, ਕਿਹਦੇ ਕਿਹਦੇ ਨਾਲ, ਕਿਹਨੂੰ ਕਿਹਨੂੰ ਸਮਝਾਵਾਂਗੇ ਇੱਥੇ, ਹੈ ਨਾ, ਕਿਹਦੇ ਕਿਹਦੇ ਨਾਲ ਜਿੱਦਾਂਗੇ। ਚਲੋ, ਸੋ ਹੋਣਾ ਸੀ ਹੋ ਗਿਆ, ਹੁਣ ਆਪਾਂ ਇੱਥੇ ਤੂੜੀ ਦਾ ਅੱਜ ਬਣਾ ਰਹੇ ਹਾਂ। ਇਹ ਤਾਂ ਆਪਣਾ ਕੰਪਲੀਟ ਹੋ ਗਿਆ, ਇੱਧਰੋਂ ਤਾਂ ਇੰਨਾ ਥਾਂ ਆਪਣਾ ਤੂੜੀ ਦਾ ਬਣ ਗਿਆ, ਆਪਣਾ ਫੋੜ ਖੜਾ, ਉੱਧਰ ਤੂੜੀ ਬਣ ਰਹੀ ਆ ਅੱਗੇ, ਬਸ ਲਾਸਟ ਰਾਲੀ ਰਹਿ ਗਈ ਆਪਣੀ ਇਸ ਖੇਤ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਆਪਾਂ ਦੂਸਰੇ ਖੇਤ ਜਾਵਾਂਗੇ। ਆਹ ਸਾਰੀਆਂ ਫੱਟੀਆਂ ਫੁੱਟੀਆਂ, ਬਾਰ ਪੁਰਾਣਾ ਸੀ ਕੋਠੀ ਦਾ, ਸਾਰੀਆਂ ਫੱਟੀਆਂ ਫੁੱਟੀਆਂ ਭੰਨਤੀਆਂ, ਅਤੇ ਅੰਦਰੋਂ ਚੱਕ ਕੇ ਲੈ ਗਏ ਆ। ਚਲੋ, ਜੋ ਹੋਣਾ ਸੀ ਹੋ ਗਿਆ, ਬੋਲਿਆ ਵੀ ਨਹੀਂ ਜਾਂਦਾ, ਘੱਟੇ ਨਾਲ ਜਾਮ ਹੋਇਆ ਪਿਆ ਕੰਮ। ਆਓ ਤੁਹਾਨੂੰ ਰੋਟੀ ਖਵਾਈ ਗਈ, ਖੇਤ ਜਭਾ ਕੇ ਲੈ ਜਾ, ਲਓ ਵੀ ਭਾਂਡੇ ਇਕੱਠੇ ਕਰਨ ਦਾ ਟਾਈਮ ਆ ਗਿਆ, ਜਲਦੀ ਜਲਦੀ ਟਰਾਲੀਆਂ ਲੈ ਕੇ ਜਾਣਾ ਪੈਂਦਾ, ਕੋਈ ਖਲਿਆਰ ਨਾ ਪੈ ਜੇ ਆਪਾਂ ਨੂੰ, ਇੱਦਾਂ ਕਿ ਆਪਣਾ ਸਾਰਾ ਸਮੇਟਿਆ ਜਾਵੇ, ਕੰਮ ਰਹਿ ਨਾ ਜਾਵੇ ਅੱਜ, ਨਾ ਜਿਹੜਾ ਆਪਣਾ ਬਰਾਂਡਾ ਉਹਦੇ ਵਿੱਚ 15 ਟਰਾਲੀਆਂ ਤੂੜੀ ਦੀਆਂ ਪੈ ਜਾਂਦੀਆਂ ਨੇ, ਅਤੇ ਵੀ ਆਪਾਂ ਜਲਦੀ ਜਲਦੀ 15 ਟਰਾਲੀਆਂ ਪਾ ਕੇ ਬਰਾਂਡਾ ਫਿੱਲ ਕਰ ਲਈ। ਹੁਣ ਅੱਜ ਤਾਂ ਘਰ ਬਹੁਤ ਖਲਾਰਾ, ਤੁਹਾਨੂੰ ਪਤਾ ਕਿ ਸਾਨੂੰ ਪਹਿਲਾਂ ਹੀ ਬਹੁਤ ਪਿਆ ਹੋਇਆ ਵਾ ਨਾ, ਅਤੇ ਰਹਿੰਦਾ ਖੁੰਦਾ ਅਸੀਂ ਤੂੜੀ ਬਣਾਉਣ ਲੱਗ ਗਏ ਹਾਂ। ਤੂੜੀ ਵੀ ਆਪਾਂ ਰੋਕ ਸਕਦੇ 2 ਦਿਨ, ਹੁਣ ਬਾਈ ਕਈ ਕਮੈਂਟ ਕਰਨਗੇ ਤੁਸੀਂ ਜਲਦੀ ਕੀਤੀ, ਹੈ ਨਾ, ਅੱਗ ਲੱਗਣ ਦਾ ਡਰ ਰਹਿੰਦਾ, ਬਟ ਉੱਤੇ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਆ, ਹੈ ਨਾ, ਅੱਗੇ ਫਸਲ ਦਾ ਨੁਕਸਾਨ ਹੋਇਆ, ਕਣਕ ਦਾ ਨੁਕਸਾਨ ਹੋਇਆ, ਅਤੇ ਤੂੜੀ ਵੀ ਜਾਊਗੀ। ਇੱਕ ਸਾਲ ਸਾਡੇ ਨਾਲ ਇੱਦਾਂ ਹੀ ਹੋਇਆ ਸੀਗਾ, 42 ਕਿੱਲੇ 42 ਟਰਾਲੀਆਂ ਤੂੜੀ ਦੀਆਂ ਬਣਾਈਆਂ ਹੋਈਆਂ ਸੀਗੀਆਂ, 2 ਮਸ਼ੀਨਾਂ ਲਾ ਕੇ ਤੂੜੀ ਬਣਾਈ ਸੀਗੀ, ਅਤੇ ਕੁਦਰਤੀ ਕਰੋਪੀ ਆਈ, ਕਿਸੇ ਪਾਸੋਂ ਅੱਗ ਲੱਗ ਗਈ ਟਰਾਂਸਫਾਰਮ ਤੋਂ, ਅਤੇ ਸਾਰਾ ਵਾਹਣ ਮੱਚ ਗਿਆ ਸੀਗਾ, ਅਤੇ ਨਾਲ 42 ਟਰਾਲੀਆਂ ਆਪਣੀਆਂ ਤੂੜੀ ਦੀਆਂ ਮੱਛੀਆਂ ਸੀ ਉਸ ਸਾਲ। ਅਤੇ ਜਦੋਂ ਅਸੀਂ DC ਸਾਹਿਬ ਦੇ ਪੇਸ਼ ਹੋਏ ਕਿ ਸਾਡਾ ਨੁਕਸਾਨ ਹੋਇਆ, DC ਸਾਹਿਬ ਦਾ ਰੀਡਰ ਨੇ ਸਰ ਇਹੀ ਗੱਲ ਕਹਿਤੀ ਕਿ ਬਈ ਮੁਸ਼ਕਲ ਆ, DC ਨੂੰ ਤਾਂ ਮਿਲਣ ਨਹੀਂ ਦਿੱਤਾ, ਰੀਡਰ ਨੇ ਕਹਿ ਤਾ ਕਿ ਤੁਸੀਂ ਐਂ ਕਰੋ ਐਪਲੀਕੇਸ਼ਨ ਲਿਖ ਕੇ ਦੇ ਦਿਓ ਸਾਨੂੰ, ਅਤੇ ਐਪਲੀਕੇਸ਼ਨ ਫੜ ਲਈ ਸਾਡੇ ਤੋਂ, ਜਦੋਂ ਅਸੀਂ ਬਾਹਰ ਕੇ ਚੱਕ ਕੇ ਡਸਟਬਿਨ 'ਚ ਸੁੱਟਤੀ। ਚਲੋ ਜੀ, ਰਾਤ ਗਈ ਬਾਤ ਗਈ, ਠੀਕ ਆ, ਲੈ ਲਓ ਮੁਆਵਜ਼ਾ। ਫਿਰ ਉਸ ਸਾਲ ਤੋਂ ਖੇਤ ਦੀ ਤੂੜੀ ਇਕੱਠੀ ਕਰਨ ਦਾ ਫਿਰ ਉਹ ਵਿਚਾਰ ਹੀ ਹਟਾਤਾ ਸੀਗਾ, ਪਹਿਲੀ ਵਾਰ ਸਾਲ 'ਚ ਉਦੋਂ ਇੰਨਾ ਜ਼ਿਆਦਾ ਆਪਣਾ ਨੁਕਸਾਨ ਹੋਇਆ ਸੀਗਾ। ਉਸ ਤੋਂ ਬਾਅਦ ਫਿਰ ਹੁਣ ਕਹੀਦਾ ਕਿ ਜਿੰਨੀ ਕੋਠੇ ਅੰਦਰ ਪੈ ਜਾਂਦੀ ਆ ਉੰਨੀ ਕੁ ਪਾ ਲਈ ਦੀ ਆ, ਜ਼ਿਆਦਾ ਲਾਲਚ ਨਹੀਂ ਕਰੀਦਾ, ਠੀਕ ਆ, ਬਾਕੀ ਸੇਲ ਸੂਲ ਕਰ ਦੇ ਦੀ, ਹੈ ਨਾ। ਅਤੇ ਹੁਣ ਆਪਣੀਆਂ ਇਸ ਟਾਈਮ ਹੁਣ 10ਵੀਂ ਟਰਾਲੀ ਲੈ ਕੇ ਚੱਲਿਆ ਮੈਂ, ਅਤੇ ਇੱਕ ਟਰਾਲੀ ਦੇ ਲਿਖੇ ਤਾਂ ਹੋਰ ਬਣ ਗਈ ਟਰਾਲੀ, ਵੀ ਤੂੜੀ ਵੀ ਘੱਟ ਬਣਦੀ ਆ, ਅਤੇ ਕਲਰ ਵੀ ਜ਼ਿਆਦਾ ਵਧੀਆ ਨਹੀਂ ਗਾ ਤੂੜੀ ਦਾ, ਕਿਉਂਕਿ ਉੱਥੇ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਸੀਗੀਆਂ, ਅਤੇ ਮੌਸਮ ਫਿਰ ਖਰਾਬ ਆ, 20 ਤਰੀਕ ਦੀ ਫਿਰ ਬਾਰਿਸ਼ ਕਹਿ ਰਹੇ ਆ, ਜੇ ਉੱਤੇ ਇੱਕ ਵਾਰ ਵੀ ਇਹਦੇ ਮੀਂਹ ਪੈ ਗਿਆ ਇਸ ਲਾਨ ਦੇ ਉੱਤੇ ਤਾਂ ਤੂੜੀ ਬਿਲਕੁਲ ਨਹੀਂ ਬਣਨੀ, ਹੈ ਨਾ, ਅਤੇ ਬਣਦੀਆਂ ਤਾਂ ਪਹਿਲਾਂ ਹੀ ਘੱਟ ਆ, ਪਹਿਲਾਂ ਹੀ ਜਾਨ ਨਿਕਲੇ ਪਿਆ, ਹੈ ਨਾ, ਨਾੜ ਦਾ ਬੁਰਾ ਹਾਲ ਹੋਇਆ ਪਿਆ। ਚਲੋ ਮਿੱਤਰੋ, ਜੁੜੇ ਰਹੋ ਵਲੋਗ ਨੂੰ, ਕੰਟੀਨਿਊ ਦੇਖਦੇ ਰਹੋ, ਠੀਕ ਆ। ਅਤੇ ਅੱਜ ਮੂਡ ਤਾਂ ਥੋੜ੍ਹਾ ਜਿਹਾ ਅਪਸੈਟ ਹੀ ਆ, ਚਲੋ ਕੋਈ ਗੱਲ ਨਹੀਂ, ਤੁਸੀਂ ਨਾਲ ਹੋ ਸਾਰੇ ਜਣੇ, ਚੱਕਰੀ ਕੋਈ ਨਹੀਂ, ਹੈ ਨਾ, ਇਹ ਮਾਰਾਂ ਪੈਂਦੀਆਂ ਰਹਿੰਦੀਆਂ, ਆਪਣੀ ਲੈਣੀ ਖੇਤੀਬਾੜੀ ਦੀ ਇੱਦਾਂ ਦੀ ਆ ਕਿ, ਹੈ ਨਾ, ਘਾਟੇ ਵਾਧੇ ਦੇ ਵਿੱਚ
ਸਬਰੀ ਕਰਨਾ ਪੈਂਦਾ ਹੁਣ ਆਪਾਂ ਕਿਹੜਾ ਕਿਸੇ ਤੇ ਦੋਸ਼ ਆ ਕੋਈ ਹਨਾ ਤਾਰਾਂ ਵੱਢੀਆਂ ਜਾਂਦੀਆਂ ਫੇਰ ਹੀ ਸਫ਼ਰ ਕਰ ਲਈਦਾ ਹੁਣ ਕੋਈ ਸਟਾਰਟਰ ਲਾ ਕੇ ਲੈ ਗਿਆ ਹੁਣ ਕਿਹਨੂੰ ਕਹੀਏ ਹਨਾ ਚੱਲ ਸਮੰਡ ਨਾ ਹੋਵੇ ਕਿ ਉਹਦਾ ਕਿੰਨੀ ਕੁ ਤੰਗੀ ਪੇਸ਼ੀ ਹੋਣੀ ਉਹਨੂੰ ਹਨਾ ਜਿਹੜਾ ਉਹਨੇ ਇਹ ਕਦਮ ਚੱਕਿਆ ਆਪਣਾ ਲਾ ਕੇ ਗਾਂਹ ਵੇਚ ਦੂਗਾ ਹੁਣ ਆਪਾਂ ਇੰਨਾ ਮਹਿੰਗਾ ਲਾਇਆ ਸੀਗਾ ਉਹਨੇ ਕੰਜਰ ਦੇ ਨੇ 1500 ਹਜ਼ਾਰ 'ਚ 2000 'ਚ ਕਿਸੇ ਨਸ਼ੇ ਪੱਤੇ ਦੇ ਚੱਕਰ 'ਚ ਵੇਚ ਦੇਣਾ ਆਪਾਂ ਨੂੰ ਨਵੇਂ ਸਿਰੇ ਫਿਰ ਜੱਪ ਖੜਾ ਹੋ ਗਿਆ ਚਲੋ ਕੀ ਕਰ ਸਕਦੇ ਹਾਂ ਚਲੋ ਆਓ ਫਿਰ ਆਪਣੀ ਮਸ਼ੀਨ ਨੇ ਖੜ ਜਾਣਾ ਅਤੇ ਆਪਾਂ ਟਰਾਲੀ ਘਰ ਲਾ ਕੇ ਆਈਏ ਕਿਉਂਕਿ ਜਾਲ ਲੱਗਾ ਹੋਇਆ ਜਾਲ ਦੇ ਨਾਲ ਜਲਦੀ ਲੈ ਜਾਂਦੀ ਵਿੱਚੋਂ ਚਲੋ ਆਓ ਫਿਰ ਬਾਹਰਲੇ ਚਲੋ ਆਓ ਫਿਰ ਜਿਹੜੇ ਸਾਡੇ ਨਾਲ ਬਾਹਰਲੀ ਕੰਟਰੀ ਜੁੜੇ ਹੋਏ ਵਲੋਗ ਦੇਖਦੇ ਆ ਤੁਹਾਨੂੰ ਤੂੜੀ ਲਹਿੰਦੀ ਦਿਖਾਉਣੇ ਆ ਜਿਹੜੇ ਇੱਥੋਂ ਵਾਲੇ ਉਹਨਾਂ ਨੂੰ ਤਾਂ ਪਤਾ ਤੂੜੀ ਕਿਵੇਂ ਲਹਿੰਦੀ ਹੈ ਅਤੇ ਘਰ ਦਾ ਹਾਲ ਦਿਖਾਉਣੇ ਆ ਤੁਹਾਨੂੰ ਸਾਰੇ ਜੁੜੇ ਰਹੋ ਅਤੇ ਤੂੜੀ ਦੀ ਟਰਾਲੀ ਫਿਰ ਕਿਵੇਂ ਲਹਿੰਦੀ ਆ ਅਤੇ ਆਓ ਫਿਰ ਤੁਹਾਨੂੰ ਦਿਖਾਈਏ ਸ਼ਾਰਟਕੱਟ ਤਰੀਕਾ ਕਿ 1 ਮਿੰਟ 'ਚ ਟਰਾਲੀ ਖਾਲੀ ਹੋ ਜਾਂਦੀ ਵੀ ਕਿਵੇਂ ਹੁੰਦੀ ਆ ਜਾਓ ਫਿਰ ਜੁੜੇ ਰਹੋ ਲਓ ਵੀ ਇੱਧਰ ਪਿਜਨ ਵੀ ਆਪਣੇ ਟਾਇਰ ਢਲਾਉਂਦੇ ਫਿਰਦੇ ਆ ਪਹਿਲਾਂ ਤੁਸੀਂ ਇਹਨਾਂ ਦਰਸ਼ਨ ਕਰੋ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਕਰਦਾ ਹਾ ਦੇਖੋ ਚਾਰ ਸਵੇਰੇ ਤੂੜੀ ਤੂੜੀ ਹੋਈ ਪਈ ਆ ਦੇਖੋ ਕਿੰਨਾ ਖਲਾਰਾ ਹੋਇਆ ਪਿਆ ਤੂੜੀ ਦਾ ਦਿਨ ਤਾਂ ਖਾਸ ਕਰਕੇ ਹਰੇਕ ਦੇ ਘਰੇ ਪ੍ਰੋਬਲਮ ਆਉਂਦੀ ਆਉਂਦੀ ਆ ਕਿ ਬਹੁਤ ਜ਼ਿਆਦਾ ਖਲਾਰਾ ਪੈਂਦਾ ਆਪਣਾ ਤੂੜੀ ਵਾਲਾ ਕਮਰਾ ਜੀ ਇਹ ਬਹੁਤ ਡੂੰਘਾ ਨੀਚੇ ਨੂੰ ਥੱਲੇ ਠੀਕ ਆ ਇਹਦੇ ਵਿੱਚ ਇਹ ਹੈਗਾ 1 2 3 4 ਠੀਕ ਹੈ 4 ਖਾਣਾਂ ਦਾ ਕਮਰਾ ਆਪਣਾ ਇਹ ਤੂੜੀ ਵਾਲਾ ਅਤੇ ਇਹਦੇ ਵਿੱਚ ਥੱਲੇ ਬਹੁਤ ਡੂੰਘਾ 5 ਫੁੱਟ ਡੂੰਘਾ ਆਪਾਂ ਪੁਰਾਣੇ 'ਤੇ ਭਰਤੀ ਨਹੀਂ ਪਾਈ ਸੀ ਥੱਲੇ ਅਤੇ ਇਹਦੇ ਵਿੱਚ 15 ਟਰਾਲੀਆਂ ਸਮਾ ਜਾਂਦੀਆਂ ਨੇ ਠੀਕ ਆ ਆਹ ਲਾਈਨਾਂ ਲੱਗੀਆਂ ਹੋਈਆਂ ਨੇ 1 2 3 4 5 6 7 8 9 9 ਤੱਕ ਲਾਈਨਾਂ ਵੱਜੀਆਂ 10ਵੀਂ ਬਾਹਰ 10 ਟਰਾਲੀਆਂ ਆ ਗਈਆਂ ਅਤੇ ਹਜੇ ਦੇਖ ਲਓ ਇੰਨਾ ਖਾਲੀ ਪਿਆ ਹਜੇ ਅਤੇ ਬਾਈ ਹੁਣ ਨੱਪ ਕੇ ਪਾਈ ਜਾਂਦੇ ਮੇਰੇ ਹਿਸਾਬ ਦੇ ਨਾਲ 17 ਟਰਾਲੀਆਂ 18 ਪੈਸਾ ਪੈ ਜਾਣੀਆਂ ਇਹਦੇ 'ਚ ਹੈ ਨਾ 15 ਤੋਂ ਪਲੱਸ ਜਾਊਗਾ ਫਿਰ ਨਪਾਈ ਹੋ ਜਾਂਦੀ ਨਾ ਜ਼ਿਆਦਾ ਪਰ ਪੁੱਲੀਆਂ ਪੈਂਦੀਆਂ ਇੱਧਰ ਬਾਥਰੂਮ ਆਪਣੇ ਪਲਸਤਰ ਹੋ ਗਿਆ ਸਾਰੇ ਇੱਧਰ ਥੜਾ ਰਹਿ ਗਿਆ ਵੱਜਣ ਵਾਲਾ ਇਹ ਕੱਲ੍ਹ ਵੱਜ ਜੂਗਾ ਪਲਸਤਰ ਸਾਰੇ ਹੋ ਗਏ ਆ ਉਸ ਤੋਂ ਬਾਅਦ ਹੁਣ ਟਾਇਲ ਦਾ ਕੰਮ ਸ਼ੁਰੂ ਕਰ ਦਿੰਦੇ ਇੱਥੇ ਕੱਲ੍ਹ ਨੂੰ ਜਾਂ ਪਰਸੋਂ ਟਾਇਲ ਲੈ ਕੇ ਆਵਾਂਗੇ ਹੁਣ ਨਾਲ ਦੀ ਟਾਲ ਦੀ ਆਪਣਾ ਤਾਂ ਹੀ ਸੀਗਾ ਤੂੜੀ ਦਾ ਹੀ ਕੰਮ ਨਿਬੜ ਗਿਆ ਆਪਣਾ ਅਤੇ ਹੁਣ ਆਪਾਂ ਹੁਣ ਇਸ ਕੰਮ ਪਈ ਹਾਂ ਕਨੀ ਬੇਬੇ ਹੁਣ ਬੇਬੇ ਕੀ ਪਾਈ ਫਿਰਦੇ 'ਚ ਕੀ ਆ ਹਰੇਕ ਗੀੜੇ ਕੁਛ ਨਾ ਕੁਛ ਭੇਜ ਦਿੰਦੇ ਉਹਨਾਂ ਨੂੰ ਮਸ਼ੀਨ ਵਾਲਿਆਂ ਨੂੰ ਵੀ ਮੌਜ ਲੱਗੀ ਹੋਈ ਹੈ ਬੇਬੇ ਕਿਤੇ ਪਾ ਕੇ ਤੇ ਕੋਫੜਾ ਦਿੰਦੀ ਹਰ ਗੀੜੇ 'ਤੇ ਕੋਫੜਾ ਦਿੰਦੀ ਆ ਬੇਬੇ ਕਹਿੰਦੀ ਐਂ ਤਾਂ ਨਹੀਂ ਕਹਿਣਗੇ ਮਾੜੇ ਮੋਟੇ ਗਿਆ ਥੋੜੀ ਜਸ ਸਿੱਧੂ ਕੀ ਤੂੜੀ ਬਣਦੀ ਆ ਆਪਣੀ ਸਹੀ ਗੱਲ ਆ ਨਾ ਆਹ ਉਹ ਤਾਂ ਜਸ ਸਿੱਧੂ ਦਾ ਭੂਤ ਨੇ ਜਸ ਸਿੱਧੂ ਨੂੰ ਪਾਣੀ ਵੀ ਨਹੀਂ ਪੁੱਛਿਆ ਘਰਦਿਆਂ ਨੇ ਇੱਥੇ ਅੰਦਰ ਅੰਦਰ ਪੇਂਟ ਆਪਣੇ ਹੋ ਗਿਆ 1 ਘੋੜ ਵੱਜ ਗਿਆ ਬੈਕ ਕਰਨੀ ਆ ਜੀ ਲਓ ਹੁਣ ਟਰਾਲੀ ਲਹਿੰਦੀ ਵਿਖਾਈ ਵੀ ਕਿਵੇਂ ਲਹਿੰਦੀ ਸ਼ਾਰਟਕੱਟ ਤਰੀਕਾ ਲਓ ਵੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਸ਼ਾਰਟਕੱਟ ਤਰੀਕਾ ਤੂੜੀ ਲਾਉਣ ਦਾ ਡਰਾਈਵਰ ਅਸੀਂ ਚੇਂਜ ਕੀਤਾ ਹੋਇਆ ਕੁਛ ਵੀ ਹੋ ਸਕਦਾ ਬਾਪੂ ਨੂੰ ਪਾਇਆ ਹੋਇਆ ਹੁਣ ਉੱਤੇ ਕਿਉਂਕਿ ਤੁਹਾਨੂੰ ਦਿਖਾਉਣ ਦੇ ਲਈ ਪਹਿਲਾਂ ਮੈਂ ਖਿੱਚਦਾ ਸੀਗਾ ਹੁਣ ਬਾਪੂ ਨੂੰ ਮੈਂ ਕਿਹਾ ਜੀ ਮੈਂ ਕਲਿੱਪ ਲੈਣੀ ਆਪਦੀ ਆਡੀਅੰਸ ਲਈ ਹੁਣ ਇਹਦੇ ਨਾਲ ਆਪਾਂ ਇਹਦੇ ਨਾਲ ਬੰਨਿਆ ਹੋਇਆ ਸੰਗਲ ਇੱਥੋਂ ਇਹਦੇ ਵਿੱਚ ਸ਼ਿਕੰਜਾ ਪੂਰਾ ਅਤੇ ਜਦੋਂ ਹੁਣ ਟਰੈਕਟਰ ਅੱਗੇ ਜਾਊਗਾ ਸਾਰੀ ਤੂੜੀ ਬਾਹਰ ਆਊਗੀ ਬਾਪੂ ਦਾ ਟਾਇਰਾਂ ਦੇ ਸਲਿੱਪ ਮਰਾਈ ਜਾਂਦਾ ਚਲੋ 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 ਦੇਖੋ ਆਉਂਦੀ ਬਾਪੂ ਜ਼ੋਰ ਨਹੀਂ ਲਾਉਂਦਾ ਦੇਖੋ ਲੈਂਦੀ ਕਿਉਂ 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 ਸ਼ਾਰਟਕੱਟ ਤਰੀਕਾ ਓ ਹੋ 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 ਦਿਸਣਾ ਹੀ ਬੰਦ ਹੋ ਗਿਆ ਆਡੀਅੰਸ ਨੂੰ ਓਕੇ ਬਸ 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 ਸਾਰੀ ਟਰਾਲੀ ਖਾਲੀ ਹੋ ਗਈ ਨਾ ਹੁਣ ਇਹਦੇ ਵਿੱਚ ਰਹਿ ਗਿਆ ਆਪਣਾ ਸਿਰਫ ਅੱਧੀ ਕੁ ਬੰਡ ਰਹਿ ਗਈ ਹੋਊਗੀ ਉਹਨੀ ਕੁ ਤੰਗੜੀਆਂ ਲੈ ਜਾਂਦੀ ਆ ਇਹ ਸਭ ਤੋਂ ਸ਼ਾਰਟਕੱਟ ਤਰੀਕਾ
मशीन नू खड़ना नहीं पैंदा बोलिया भी नहीं जाता ठीक है हम बाई हम नाल दी नाल चक के अंदर कर देनी है। ये थोड़ी उड़ती भी घट आ संगली ना उड़ती बड़ी ज्यादा मेहनत बड़ी करनी पैंदी है। ये ट्राली आप ही खाली होगी हूं कढ़न लगे पदाने ठीक है सारे खर्चे खुर्चे कढ के जटा नू एंड ते आ बजदे आ जी सारी मिट्टी ही है यार निकले आउणगे नहीं इह च लादे कोई नी हुण बोरी च भर जाने नहीं ये गेड़े वाले हो गए ना आप कढे नी आ फड़ी बिंदी मैं फड़दा तुसीं दोने चक के पा दो मैं फड़दा लै करता ओही काम चक दे टायर मूरो रब वाल नूं ओए ट्राली चक्की गई अगो मैं भी चढ़दा उत्ते नहीं फिर आप डेई चक दांगे मगर लैफ्ट चक दांगे मगर दी बागे वेले दा काम कवेलियां टक्कर चल मना चलिए घरे चक्की गई जो मैं चको अगे कोई मैं थले कर दू नेरा हो गया लांगा फड़ गया सैल ते हुण मशीन नहीं चलनी अपनी ठीक है आवा खड़े आ बोर्ड दी लाइटां मूहरे अपने वोट की अज एक आखी जागती एक बुझी गई है ठीक है आ तेन मुंडिया का जगाड़ दिखाने बनाया हुआ पूरा गड्डी अपने जिहड़ा हैगा चाचे का ट्रैक्टर पूरा जगाड़ उन्होंने चीज दिखाने कि किदा उन्होंने हवा का प्रबंध किया हुआ उत्ते आपदे ट्रैक्टर के उत्ते मशीन साफ करने वास्ते घट्टा घुट्टा ट्रैक्टर तो सीधी सप्लाई की हुई है हवा की इतना लगा हुआ टैंक हवा वाला मशीन की सफाई हो रही है बलेटा तो बजा के सो दोस्तों अज आले ब्लॉक की हाजिर जिंक प्रवान करो कणक वढ़ ली सी तूड़ी दियां बन गई 14 ट्रालियां क्योंकि थोड़ा लेट लगे सी 12 बजे कुछ रह गई कल बनावांगे तो 3-4 ट्रालियां वीर गई सानू तो सी निबड़ जूगा काम पर निबड़िया नहीं गा तो चलो जो होना जो होना उदी होना है ना तो हुण आपां कल बनावांगे तो कणक वढ़ ली कणक का झाड़ अपना आया जी 42 मन किले का झाड़ निकलिया तो तुसीं वी सार जिहा कमेंट करके दस्सो वी थोड़ा झाड़ किदां निकलिया झाड़ दी घट ही सीगा तो फिर तूड़ी भी थोड़ी घट ही बनती है किले दियां 2 ट्रालियां ही बनियां पर फिर भी कहते बहुत आ है ना 2 ट्रालियां की औसत आ गई है जाने के सारे खेत के विचों
ਤੇ ਓਕੇ ਫਿਰ ਲਵ ਯੂ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੰਨੀ ਕੁ ਪ੍ਰਵਾਨ ਕਰਿਓ ਕਿਉਂਕਿ ਥੋੜ੍ਹਾ ਬਿਜ਼ੀ ਚੱਲ ਰਹੇ ਹਾਂ ਇਸ ਕਰਕੇ ਤੁਹਾਡੀ ਵਲੌਗ ਨਹੀਂ ਆਉਂਦੇ ਗੇ ਓਕੇ ਥੋੜ੍ਹਾ ਖੜਕਾ ਹੁੰਦਾ ਹੋਊਗਾ ਅਤੇ ਸਮਝ ਵੀ ਘੱਟ ਆਉਂਦੀ ਹੋਣੀ ਆ ਅਤੇ ਹੁਣ ਨਹਾਉਣੇ ਨਹਾਉਣੇ ਆ ਜਾ ਕੇ ਅਤੇ ਉਸ ਤੋਂ ਬਾਅਦ ਫਿਰ ਕੱਲ੍ਹ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਠੀਕ ਆ ਤਦ ਤੱਕ ਲਈ ਆਪਣੇ ਜਸ ਸਿੱਧੂ ਨੂੰ ਦਿਓ ਛੁੱਟੀ ਓਕੇ ਬਾਈ ਲਵ ਯੂ ਆ ਗੁੱਡ ਨਾਈਟ।